ਸੋਰ ਸਾਕਰ ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਰਵਿੰਦਰ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਤੇ ਲੋ ਅੱਜ ਅਸੀਂ ਸੁਖੀ ਬਾਟ ਮੋਟਰਜ਼ ਦੇ ਪਾਰਕਿੰਗ ਲਾਟ ਤੇ ਵਿੱਚ ਖਲੋਤੇ ਆ ਜਿੱਥੇ ਕਿ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਕਾਰਾਂ ਵੇਖ ਰਹੇ ਹੋ ਤੇ ਨਾਲ ਦੀ ਨਾਲ ਮੇਰੇ ਸਾਥ ਹਨ ਮਿਸਟਰ ਕੇਬੀ ਜਿਹੜੇ ਕਿ ਇਹਨਾਂ ਕਾਰਾਂ ਬਾਰੇ ਜਾਣਕਾਰੀ ਦੇਣਗੇ ਸੋ ਜਦੋਂ ਤੁਸੀਂ ਕਾਰ ਖਰੀਦਣੀ ਹੈ ਕਿੱਥੋਂ ਖਰੀਦਣੀ ਹੈ ਕਿਸ ਤਰ੍ਹਾਂ ਦੀ ਕਾਰ ਖਰੀਦਣੀ ਹੈ ਤੇ ਉਸਤਾਦ ਜਰੂਰ ਧਿਆਨ ਦੇਣਾ ਇਸ ਪ੍ਰੋਗਰਾਮ ਦੇ ਵਿੱਚ ਸੋ ਪਹਿਲਾਂ ਤੇ ਜੀ ਕੇ ਵੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਸਿਕਰ ਪੰਨੂ ਸਾਹਿਬ ਤੁਹਾਡੇ ਸਾਰੇ ਸੁਰਸਾਗਰ ਟੀਵੀ ਰੇਡੀਓ ਸੁਣਨ ਵਾਲੇ ਤੇ ਵੇਖਣ ਵਾਲਿਆਂ ਨੂੰ ਸੁਖੀ ਬਾਦ ਮੋਟਰਸ ਤੇ ਵੈਲਕਮ ਅਮ ਸ਼ੁਕਰੀਆ ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਜਦੋਂ ਕੋਈ ਲਾਟ ਦੇ ਵਿੱਚ ਇੱਥੇ ਖਾਸ ਕਰਕੇ ਮੈਂ ਵੇਖਦਾ ਕਿ ਬਹੁਤ ਸਾਰੀ ਵੱਡੀ ਗਿਣਤੀ ਚ ਕਾਰਾਂ ਸੱਜੇ ਖੱਬੇ ਅੱਗੇ ਪਿਛੇ ਸਾਰੇ ਹੀ ਹਨ ਤੇ ਕੋਈ ਕਾਰ ਖਰੀਦਣ ਆਉਂਦਾ ਹੈ ਤੇ ਉਹਦਾ ਦਿਲ ਕਰਦਾ ਹੈ ਕਿ ਮੈਂ ਆ ਵੀ ਖਰੀਦ ਲਾ ਆ ਵੀ ਖਰੀਦ ਲਾ ਕਿਉਂਕਿ ਕਾਰਾਂ ਬਹੁਤ ਸੋਹਣੀਆਂ ਹਨ ਉਸ ਨੂੰ ਕੀ ਧਿਆਨ ਚ ਰੱਖਣਾ ਚਾਹੀਦਾ ਕਿ ਕਿਹੜੀ ਕਾਰ ਖਰੀਦੇ ਜੀ ਪੰਨੂ ਸਾਹਿਬ ਫਰਸਟ ਆਲ ਜਿਹੜੇ ਵੀ ਸਾਡੇ ਕਸਟਮਰ ਸਾਡੇ ਕੋਲ ਚੱਲ ਕੇ ਆਉਂਦੇ ਹਨ ਉਹਨਾਂ ਨੂੰ ਉਹਨਾਂ ਦੇ ਬਜਟ ਦੇ ਅਕੋਰਡਿੰਗ ਅਸੀਂ ਪੂਰੀ ਤਰ੍ਹਾਂ ਅਡਜਸਟ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਕਾਰ ਸੂਟੇਬਲ ਹੈ ਉਹਨਾਂ ਦੇ ਫੈਮਿਲੀ ਦੇ ਅਕੋਰਡਿੰਗ 5 ਸੀਟਰ ਕਾਰਾਂ 7 ਸੀਟਰ ਕਾਰਾਂ ਸਾਡੇ ਤੋਂ ਆਲਮੋਸਟ ਆਲਮੋਸਟ 250 ਤੋਂ 300 आ, ਤੱਕ ਕਾਰਾਂ ਖੜੀਆਂ ਹਨ ਲਾਟ ਦੇ ਵਿੱਚ ਤੇ ਉਹਨਾਂ ਦੀ ਨੀਡਸ ਦੇ ਹਿਸਾਬ ਨਾਲ ਉਹਨਾਂ ਦੇ ਬਜਟ ਦੇ ਹਿਸਾਬ ਨਾਲ ਉਹਨਾਂ ਨੂੰ ਸੂਟੇਬਲ ਕਾਰ ਦੇਣ ਲਈ ਬਸ ਕਸਟਮਰ ਨੂੰ ਇੰਨਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਾਇਦ ਅਸੀਂ ਰੋਜ਼ ਇਸ ਕੰਮ ਦੇ ਵਿੱਚ ਕਰਨ ਦੇ ਬਾਵਜੂਦ ਸਾਨੂੰ ਪਤਾ ਹੁੰਦਾ ਹੈ ਕਿ ਉਹਨਾਂ ਲਈ ਕਿਹੜੀ ਕਾਰ ਸੂਟੇਬਲ ਹੈ ਤੇ ਉਹਨਾਂ ਦੇ ਬਜਟ ਦੇ ਅਕੋਰਡਿੰਗ ਕਿਹੜੀ ਕਾਰ ਉਹਨੂੰ ਫਿੱਟ ਬੈਠੇਗੀ ਆ ਸਾਡੇ ਨਾਲ ਆ ਕੇ ਕੰਸਲਟ ਕਰਨ ਬਾਕੀ ਗੱਡੀਆਂ ਦੇ ਇੰਟੀਰੀਅਰ ਐਕਸਟੀਰੀਅਰ ਬਾਰੇ ਅਸੀਂ ਉਹਨਾਂ ਨੂੰ ਪੂਰੀ ਜਾਣਕਾਰੀ ਦਿੰਨੇ ਹਾਂ ਕਿ ਕਿਸ ਗੱਡੀ ਤੇ ਕੀ ਡੈਮੇਜ ਹੈ ਕਿਸ ਗੱਡੀ ਤੇ ਨਹੀਂ ਹੈ ਬਸ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਮੋਸਟਲੀ ਜਿਹੜਾ ਕਸਟਮਰ ਹੁੰਦਾ ਹੈ ਉਹਨੇ ਤੇ ਬਾਹਰਲਾ ਜਾਂ ਇਨਸਾਈਡ ਦਾ ਵੇਖਣਾ ਹੁੰਦਾ ਹੈ ਉਹਨੂੰ ਇੰਜਨ ਬਾਰੇ ਜਾਂ ਹੋਰ ਕੋਈ ਉਹਦੀ ਹਿਸਟਰੀ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਜਦੋਂ ਕਿਸੇ ਕਸਟਮਰ ਨੇ ਕਾਰ ਖਰੀਦਣੀ ਹੈ ਖਾਸ ਕਰਕੇ ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਬਿਲਕੁਲ ਪੰਨੂ ਸਾਹਿਬ ਤੁਹਾਡੀ ਗੱਲ درست ਹੈ ਕਸਟਮਰ ਨੇ ਆ ਕੇ ਤੇ ਸੋਹਣੀ ਗੱਡੀ ਦੇਖਣੀ ਹੁੰਦੀ ਹੈ ਪਰ ਉਹਨਾਂ ਨੂੰ ਜ਼ਰੂਰੀ ਇਸ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਗੱਡੀ ਦੇ ਵਿੱਚ ਕੋਈ ਮਕੈਨੀਕਲ ਫਾਲਟ ਤੇ ਨਹੀਂ ਹੈ ਗੱਡੀ ਦੇ ਵਿੱਚ ਕੋਈ ਬਿਗ ਐਕਸੀਡੈਂਟ ਤੇ ਨਹੀਂ ਹੈ ਗੱਡੀ ਆਈਸੀਬੀਸੀ ਤੋਂ ਕਲੀਅਰ ਹੈ ਜਾਂ ਕੋਈ ਇਸ ਤਰ੍ਹਾਂ ਵੀ ਹੁੰਦਾ ਕਿ ਅਮਰੀਕਾ ਤੋਂ ਗੱਡੀਆਂ ਕੋਸ਼ਾਈਆਂ ਹੁੰਦੀਆਂ ਹਨ ਪਰ ਉਹ ਸਰਟੀਫਾਈਡ ਨਹੀਂ ਹੁੰਦੀਆਂ ਸਾਡੇ ਕੋਲ ਹਰ ਇੱਕ ਗੱਡੀ ਜਿਹੜੀ ਸਾਡੇ ਲਾਰਡ ਤੇ ਅਸੀਂ ਬੇਚਦੇ ਹਾਂ ਉਹ ਸਰਟੀਫਾਈਡ ਹੈ ਤੇ ਅਸੀਂ ਆਈਸੀਬੀਸੀ ਔਰ ਕਾਰ ਪ੍ਰੂਫ ਦੀ ਰਿਪੋਰਟ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਸ਼ਰਕੇ ਵੀ ਜੀ ਕਿਉਂ ਕਾਰ ਜਿਹੜੇ ਨਾਮਵਰ ਕੰਪਨੀ ਤੋਂ ਜਾਂ ਜਿੱਥੋਂ ਰੀਸੇਲ ਕੀਤੀ ਜਾਂਦੀ ਹੈ ਤੇ ਜਾਣਦੇ ਹੋਏ ਵਿਅਕਤੀ ਤੋਂ ਖਰੀਦਣੀ ਚਾਹੀਦੀ ਹੈ ਕੀ ਕਾਰਨ ਹੈ ਇਹਦਾ ਪੰਨੂ ਸਾਹਿਬ ਦਾ ਸਭ ਤੋਂ ਵੱਡਾ ਕਾਰਨ ਇਹ ਹੈਗਾ ਜੀ ਕਿ ਜਿਸ ਤਰ੍ਹਾਂ ਹੁਣ ਸੁਖੀ ਬਾਦ ਮੋਟਰਸ ਤੇ ਸੁਖੀ ਭਾਈ ਦਾ 36 ਸਾਲ ਦਾ ਐਕਸਪੀਰੀਅੰਸ 36 ਸਾਲ ਦਾ ਐਕਸਪੀਰੀਅੰਸ ਜਿਹੜਾ ਹੈ ਬਹੁਤ ਲੰਮਾ ਐਕਸਪੀਰੀਅੰਸ ਹੈ ਸੁਖੀ ਭਾਈ ਕਮਿਊਨਿਟੀ ਦੇ ਵਿੱਚ ਜਾਣੇ ਜਾਂਦੇ ਹਨ ਇਸੇ ਨਾਂ ਦੇ ਨਾਲ ਤੇ ਇਸੇ ਬਿਜ਼ਨਸ ਦੇ ਨਾਲ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇਸ ਤਰ੍ਹਾਂ ਦੇ ਬੰਦੇ ਤੋਂ ਕਾਰ ਲੈਣ ਲਈ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਇੱਕ ਤਾਂ ਇਹਨਾਂ ਦਾ ਜਿਹੜਾ ਸਟਾਫ ਹੈ ਸਟਾਫ ਹੈ ਇਨਕਲੂਡਿੰਗ ਮੀ ਸਾਰੇ ਪ੍ਰੋਫੈਸ਼ਨਲ ਹਨ ਸਰਟੀਫਾਈਡ ਹਨ ਬਿਲਕੁਲ ਜੀ ਮੈਂ ਅੰਡਰਸਟੈਂਡ ਕਰਦਾ ਕਿ ਕਿਉਂ ਜਿਹੜਾ ਇੱਕ ਨਾਮਵਰ ਵਿਅਕਤੀ ਕੋਲ ਔਰ ਐਕਸਪੀਰੀਐਂਸਡ ਸੇਲਸਮੈਨ ਕੋਲੋਂ ਹੀ ਕਾਰ ਖਰੀਦੀ ਜਾਵੇ 36 ਸਾਲ ਦਾ ਐਕਸਪੀਰੀਐਂਸ ਬਹੁਤ ਹੁੰਦਾ ਹੈ ਸੋ ਤੁਹਾਡੇ ਪਾਸ ਸੌਵਾਂ ਦੀ ਗਿਣਤੀ ਦੇ ਵਿੱਚ ਕਾਰਾਂ ਜਿਸ ਤਰ੍ਹਾਂ ਦੱਸਿਆ ਕੇਬੀਜੀ ਨੇ ਕਿ 260 ਤੋਂ ਵੱਧ ਕਾਰਾਂ ਇਹਨਾਂ ਦੇ ਹਮੇਸ਼ਾ ਪਾਰਕਿੰਗ ਲੋਟਸ ਹੁੰਦੀਆਂ ਹਨ ਸੋ ਜਰੂਰ ਧਿਆਨ ਦੇ ਨਾਲ ਇੱਥੇ ਆਓ ਕਾਰ ਖਰੀਦੋ ਜਦੋਂ ਮੈਂ ਇੱਥੇ ਵੈਨਕੂਵਰ ਮੂਵ ਹੋਇਆ ਤੇ ਮੈਂ ਵੀ ਤੁਹਾਡੇ ਤੋਂ ਹੀ ਕਾਰ ਖਰੀਦੀ ਆ ਜੀ ਹਾਂਜੀ ਕਿਉਂਕਿ ਹੁਣ ਮੈਨੂੰ ਕਦੀ ਵੀ ਦਿੱਕਤ ਨਹੀਂ ਆਈ ਕੋਈ ਖਰਾਬੀ ਹੋਵੇ ਤੇ ਮੈਂ ਦਾਵਾ-ਦਾਵਾ ਇੱਥੇ ਆ ਕੇ ਕਹਿ ਸਕਦਾ ਤਾਂ ਜੇਕਰ ਅੰਜਾਨੀ ਜੀ ਜਗ੍ਹਾ ਤੋਂ ਖਰੀਦ ਲੈਂਦੇ ਤੇ ਬਾਅਦ ਚ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਹੋ ਜਾਂਦੀ ਹੈ ਸੋ ਅਸੀਂ ਆਪ ਜੀ ਨੂੰ ਅਪੀਲ ਕਰਦੇ ਆ ਕਿ ਇਹ ਨਾਮਵਰ ਇੱਕ ਕੰਪਨੀ ਹੈ ਜਿਹੜੀ ਕਿ ਲੰਮੇ ਸਮੇਂ ਦੀ ਸੁਖੀ ਬਾਤ ਜਿਹੜੇ ਕਿ ਇੱਥੇ ਸਥਿਤ ਹਨ ਇਹ ਫਰੇਜ਼ਰ ਹਾਈਵੇ ਦੇ ਉੱਤੇ ਅਮ ਆ ਰਾਈਟ ਹਾਂਜੀ ਸੋ ਤੁਸੀਂ ਜ਼ਰੂਰ ਆਓ ਜਦੋਂ ਕਾਰ ਖਰੀਦਣੀ ਹੈ ਤੇ ਇਹ ਇੱਕ ਆਪ ਜੀ ਲਈ ਬਹੁਤ ਵਧੀਆ ਆਲਟ ਹੈ ਨਾਮਵਰ ਵਿਅਕਤੀ ਹਨ ਸੋ ਕੇ ਵੀ ਜੀ ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਹਰ ਹਫਤੇ ਆਪਾਂ ਇੱਥੇ ਆ ਕੇ ਮਿਲਿਆ ਕਰਾਂਗੇ ਨਵੇਂ-ਨਵੇਂ ਸੇਲਸਮੈਨ ਦੇ ਨਾਲ ਗੱਲਬਾਤ ਕਰਿਆ ਸੀ ਕਪਨੂ ਸਾਹਿਬ ਵਾਂਸ ਅਗੇਨ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖੀ ਬਾਦ ਮੋਟਰਸ ਦੇ ਆਉਣ ਲਈ ਤੇ ਅਸੀਂ ਆਪਣੇ ਕਸਟਮਰਸ ਨੂੰ ਵੱਧ ਤੋਂ ਵੱਧ ਰਿਕਵੈਸਟ ਕਰਦੇ ਹਾਂ ਤੇ ਸੁਰਸਵਰ ਸੁਣਨ ਵਾਲੇ ਦੇਖਣ ਵਾਲੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਸਾਡੇ ਬਿਜ਼ਨਸ ਦੇ ਵਿੱਚ ਯੋਗਦਾਨ ਪਾਓ ਧੰਨਵਾਦ ਜੀ ਥੈਂਕ ਯੂ ਜੀ ਲਓ ਜੀ ਇਸ ਦੇ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਉਮੀਦ ਰੱਖਦੇ ਹਾਂ ਕਿ ਆਪ ਜੀ ਲਈ ਅਸੀਂ ਇੱਥੇ ਜਿਹੜੇ ਪ੍ਰੋਗਰਾਮ ਦੇ ਵਿੱਚ ਮਿਸਟਰ ਕੇਬੀ ਨੂੰ ਲੈ ਕੇ ਆਏ ਹਨ ਤੁਹਾਨੂੰ ਭਰਪੂਰ ਜਾਣਕਾਰੀ ਦਿੱਤੀ ਹੋਵੇਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਏਗੀ ਕਿ irdgir ਜਿਹੜਾ ਵੀ ਸਰੀ ਵੈਨਕੂਵਰ ਐਪਸਫੋਰਡ ਦੇ ਇਲਾਕੇ ਹਨ ਅਸੀਂ ਮੇਜਰ ਜਿਹੜੇ ਕਿ ਨਾਮਵਰ ਲੋਕੀ ਹਨ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਉਹਨਾਂ ਦੇ ਬਿਜ਼ਨਸ ਬਾਰੇ ਜਦੋਂ ਤੁਸੀਂ ਖਰੀਦੋ ਪ੍ਰੋਖਤ ਕਰਨੀ ਹੈ ਤੁਸੀਂ ਅੱਖਾਂ ਨਾਲ ਆਪਣੇ ਟੀਵੀ ਤੇ ਵੇਖ ਕੇ ਉੱਥੇ ਪਹੁੰਚੋ ਤੇ ਨਾ ਕਿ ਕਿਸੇ ਕੋਲੋਂ ਸੁਣ ਕੇ ਸੋ ਆਪਣਾ ਤੁਸੀਂ ਇਸ ਕਿਸੇ ਵੀ ਖਰੀਦੋ ਪ੍ਰੋਖਤ ਦੇ ਵਿੱਚ ਪੂਰਾ ਪੂਰਾ ਧਿਆਨ ਰੱਖਦੇ ਹੋਏ ਨਾਲ ਕਮਿਊਨਿਟੀ ਨੂੰ ਯੋਗਦਾਨ ਪਾਓ ਨਾਲ ਆਪ ਆਪਣੇ ਸਮਾਨ ਨੂੰ ਪ੍ਰੋਪਰ ਦੇਖ ਕੇ ਲਾਓ ਲਓ ਜੀ ਇਸ ਦੇ ਨਾਲ ਹੀ ਆ ਗਿਆ ਚਾਹੁੰਦੇ ਹਾਂ ਉਮੀਦ ਰੱਖਦੇ ਹਾਂ ਫਿਰ ਮਿਲਾਂਗੇ ਸਸਰੀਆ ਕਾ